ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਦੇ ਹਾਂ ਮੀਰ ਮੰਨੂ ਦੇ ਵੇਲੇ ਜਿਹੜੇ ਮਾਸੂਮ ਬੱਚੇ ਆ ਅਤੇ ਸਿੰਘਣੀਆਂ ਦੀ ਸ਼ਹਾਦਤ ਹੋਈ। ਇਹ ਅਸਲ ਵਿੱਚ ਭਿਆਨਕ ਦੌਰ ਸੀ ਸਿੱਖ ਧਰਮ ਦਾ, ਜਦੋਂ ਛੋਟੇ ਛੋਟੇ ਬੱਚਿਆਂ ਦੇ ਕਲੇਜੇ ਕੱਢ ਕੇ ਜਾਂ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਬਣਾ ਕੇ ਪਾਏ ਗਏ। ਸੋ ਅਸੀਂ ਗੱਲ ਸ਼ੁਰੂ ਕਰਦੇ ਹਾਂ ਜਦੋਂ ਮੀਰ ਮੰਨੂ ਪੰਜਾਬ ਦਾ ਗਵਰਨਰ ਬਣਿਆ। ਉਹ ਮੁਗਲ ਸ਼ਹਿਨਸ਼ਾਹ ਦੇ ਵਜ਼ੀਰ ਕਮਰ ਉਦੀਨ ਦਾ ਪੁੱਤਰ ਸੀ। ਸ਼ੁਰੂ ਵਿੱਚ ਲਖਪਤ ਰਾਏ ਉਸ ਦਾ ਦੀਵਾਨ ਸੀ, ਪਰ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਕਿ ਉਹ ਅੰਦਰ ਖਾਤੇ ਅਹਿਮਦ ਸ਼ਾਹ ਅਬਦਾਲੀ ਨਾਲ ਗੱਠਜੋੜ ਕਰ ਰਿਹਾ ਹੈ, ਤਾਂ ਉਸਨੇ ਲਖਪਤ ਰਾਏ ਨੂੰ ਹਟਾ ਕੇ ਉਸ ਦੀ ਜਗ੍ਹਾ ਕੌੜਾ ਮੱਲ ਨੂੰ ਦੀਵਾਨ ਮੁਕਰ ਕਰ ਲਿਆ। ਦੀਵਾਨ ਕੌੜਾ ਮੱਲ ਗੁਰੂ ਘਰ ਨਾਲ ਪਿਆਰ ਕਰਦਾ ਸੀ ਅਤੇ ਉਹ ਅੰਦਰ ਖਾਤੇ ਸਿੰਘਾਂ ਦੀ ਮਦਦ ਕਰਿਆ ਕਰਦਾ ਸੀ। ਉਸਦੇ ਦੀਵਾਨ ਬਣਨ 'ਤੇ ਸਿੰਘਾਂ ਨੇ ਛੋਟੇ ਘੱਲੂਘਾਰੇ ਦੇ ਕਾਤਲ ਦੀਵਾਨ ਲਖਪਤ ਰਾਏ ਦੀ ਮੰਗ ਕੀਤੀ। ਸਰਦਾਰ ਰਤਨ ਸਿੰਘ ਭੰਗੂ ਦਾ ਕਹਿਣਾ ਹੈ ਕਿ ਉਸਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਲਖਪਤ ਰਾਏ ਨੂੰ ਕੁੰਬੀ ਨਰਕ ਦੀ ਸਜ਼ਾ ਦਿੱਤੀ ਗਈ, ਇੱਕ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੰਨ੍ਹ ਕੇ ਵਿਚਕਾਰ ਬਿਠਾ ਦਿੱਤਾ। ਉਸਦੇ ਸਿਰ ਉੱਪਰ ਛੱਤ ਵਿੱਚ ਮੋਰੀ ਕਰਕੇ ਹਰ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਜੰਗਲ ਪਾਣੀ ਉਸ ਛੱਤ 'ਤੇ ਕਰੇ। ਇਉਂ ਬਿਸਟਾ ਵਿੱਚ ਰੁਲ ਕੇ ਲਖਪਤ ਰਾਏ ਮੋਇਆ, ਜੋ ਕਹਿੰਦਾ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ। ਸਿੰਘਾਂ ਨੇ ਲਖਪਤ ਰਾਏ ਨੂੰ ਉਸਦੇ ਕਰਮਾਂ ਦਾ ਫਲ ਦੇ ਕੇ ਪਾਰ ਬੁਲਾ ਦਿੱਤਾ। ਜਿਤਨੀ ਦੇਰ ਤੱਕ ਦੀਵਾਨ ਕੌੜਾ ਮੱਲ ਜਿੰਦਾ ਰਿਹਾ, ਉਤਨੀ ਦੇਰ ਸਿੱਖ ਮੁਗਲਾਂ ਦੀ ਕਰੋਪੀ ਤੋਂ ਬਚੇ ਰਹੇ। ਪਰ ਜਦੋਂ ਇੱਕ ਜਨੂੰਨੀ ਮੁਸਲਮਾਨ ਨੇ ਦੀਵਾਨ ਕੌੜਾ ਮੱਲ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ, ਤਾਂ ਉਸ ਸਮੇਂ ਫਿਰ ਮੀਰ ਮੰਨੂ ਵੱਲੋਂ ਸਿੱਖਾਂ ਉੱਤੇ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ। ਉਸਨੇ ਮਾਝੇ, ਮਾਲਵੇ ਅਤੇ ਪਹਾੜੀ ਇਲਾਕਿਆਂ ਵਿੱਚ ਫੌਜੀ ਦਸਤੇ ਭੇਜੇ ਕਿ ਉਹ ਸਿੱਖਾਂ ਦਾ ਸ਼ਿਕਾਰ ਕਰਕੇ ਲਿਆਉਣ। ਪਕੜੇ ਗਏ ਸਿੰਘਾਂ ਲਈ ਇੱਕੋ ਹੀ ਸ਼ਰਤ ਹੋਇਆ ਕਰਦੀ ਸੀ, ਇਸਲਾਮ ਜਾਂ ਮੌਤ। ਸਮਕਾਲੀ ਇਤਿਹਾਸਕਾਰ ਮੰਨਦੇ ਨੇ ਕਿ ਫੜੇ ਗਏ ਸਿੰਘ ਹਰ ਪ੍ਰਕਾਰ ਦੇ ਤਸੀਹੇ ਬਰਦਾਸ਼ਤ ਕਰਕੇ ਮੌਤ ਕਬੂਲ ਕਰਨ ਨੂੰ ਤਰਜੀਹ ਦਿੰਦੇ ਸਨ, ਪਰ ਉਹਨਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਸੀ ਜਿਸਨੇ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕੀਤਾ ਹੋਵੇ। ਉਹਨਾਂ ਦਿਨਾਂ ਵਿੱਚ ਸਿੱਖੀ ਸਪਿਰਿਟ ਅਤੇ ਚੜ੍ਹਦੀ ਕਲਾ ਦੀ ਝਾਕੀ ਸਾਨੂੰ ਇਹਨਾਂ ਲਾਈਨਾਂ ਵਿੱਚੋਂ ਮਿਲ ਜਾਂਦੀ ਹੈ, ਜੋ ਕਿ ਸਿੱਖ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੱਸ ਹੱਸ ਕੇ ਗਾਇਆ ਕਰਦੇ ਸਨ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੋਣੇ ਚੌਣੇ ਹੋਏ। ਸਿੱਖਾਂ ਦੇ ਸਿਰਾਂ ਦੇ ਇਨਾਮ, ਗਸ਼ਤੀ ਫੌਜਾਂ ਦੀ ਮਾਰ ਧਾੜ, ਇਹ ਨਿੱਤ ਕਰਮ ਸੀ। ਮੀਰ ਮੰਨੂ ਨੇ ਸਿੱਖ ਕੌਮ ਦਾ ਮੁੱਢੋਂ ਹੀ ਖਾਤਮਾ ਕਰਨ ਲਈ ਨਾਇਬ ਮੋਮਨ ਖਾਨ ਨੂੰ ਪੰਜਾਬ ਵਿੱਚੋਂ ਮਾਸੂਮ ਬੱਚੇ ਅਤੇ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜਣ ਦਾ ਹੁਕਮ ਦਿੱਤਾ। ਮਈ ਜੂਨ ਦੇ ਦਿਨ ਕਹਿਰਾਂ ਦੀ ਗਰਮੀ, ਲਾਹੌਰ ਸ਼ਹਿਰ ਵਿੱਚ ਲੋਕ ਆਪਣੀਆਂ ਹਵੇਲੀਆਂ ਵਿੱਚ ਬੈਠੇ ਹੀ ਤੜਪ ਰਹੇ ਸਨ। ਅਜਿਹਾ ਹੀ ਜੇਠ ਮਹੀਨਾ ਸੀ ਜਦ ਇੱਕ ਤੰਗ ਜਿਹੇ ਬੰਦੀਖਾਨੇ ਵਿੱਚ ਕੁਝ ਧਰਮ ਮੂਰਤੀ ਅਣਖੀ ਸਿੰਘਾਂ ਬੰਦ ਸਨ ਅਤੇ ਸਿੰਘਣੀਆਂ ਬੰਦ ਸਨ। ਇੱਕ ਪਾਸੇ ਤਾਂ ਤਰ੍ਹਾਂ ਤਰ੍ਹਾਂ ਦੇ ਸਬਜ਼ਵਾਜ ਦਿਖਾਏ ਜਾ ਰਹੇ ਸਨ ਅਤੇ ਦੂਜੇ ਪਾਸੇ ਸਿਦਕ ਪਰਖਣ ਲਈ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ। ਰੋਜ਼ ਇੱਕ ਪਿਆਲਾ ਪਾਣੀ ਅਤੇ ਸਵਾ ਛੰਟਾਕ ਆਟਾ ਵਿੱਚ ਅੱਧਾ ਨਿਮਕ ਇੱਕ ਕੈਦਰ ਨੂੰ ਮਿਲਦਾ ਸੀ। ਸਵਾ ਮਣ ਦਾਣੇ ਪੀਸਣ ਦੀ ਸਜ਼ਾ ਦਿੱਤੀ ਜਾਂਦੀ। ਜੋ ਬੀਬੀ ਦਾਣੇ ਨਾ ਪੀ ਸਕਦੀ, ਉਸਦੀ ਛਾਤੀ 'ਤੇ ਸਵਾ ਮਣ ਪੱਕੇ ਦਾ ਪੱਥਰ ਦਾ ਗੋਲਾ ਰੱਖਿਆ ਜਾਂਦਾ ਅਤੇ ਚਾਬਕਾਂ ਦੀ ਮਾਰ ਕੀਤੀ ਜਾਂਦੀ ਸੀ। ਗੋਦੀਆਂ ਵਿੱਚ ਭੁੱਖੇ ਬਾਲ ਬਿਲਕਦੇ, ਪਰ ਮਾਤਾ ਸਾਹਿਬ ਕੌਰ ਦੀਆਂ ਲਾਡਲੀਆਂ ਸਿੰਘਣੀਆਂ ਨੇ ਭਾਣਾ ਮੰਨਿਆ ਅਤੇ ਮੁੱਖੋਂ ਸੀ ਨਾ ਉਚਾਰੀ ਅਤੇ ਧਰਮ ਉੱਤੇ ਕਾਇਮ ਰਹੀਆਂ। ਕਈ ਦਿਨਾਂ ਦੇ ਪਿੱਛੋਂ ਕਚਹਿਰੀ ਤੋਂ ਸੱਦਾ ਆਇਆ ਅਤੇ ਸੂਬੇ ਨੇ ਉਹਨਾਂ ਨੂੰ ਪਰਖਣਾ ਚਾਹਿਆ। ਇਤਿਹਾਸਕਾਰ ਲਿਖਦੇ ਨੇ ਕਿ ਕਚਹਿਰੀ ਵਿੱਚ ਸਨਮੁੱਖ ਹੁੰਦਿਆਂ ਹੀ ਉਹਨਾਂ ਸਿੰਘਣੀਆਂ ਨੇ ਗੱਜ ਕੇ ਫਤਿਹ ਬੁਲਾਈ, ਜੋ ਸੁਣ ਕੇ ਸੂਬੇ ਮੀਰ ਮੰਨੂ ਦੇ ਕ੍ਰੋਧ ਦੀ ਸੀਮਾ ਨਾ ਰਹੀ ਅਤੇ ਜ਼ੁਲਮ ਦੀ ਚਮਕਦੀ ਤਲਵਾਰ ਧੂ ਕੇ ਗਰਜਿਆ, ਮੌਤ ਦੇ ਸਾਹਮਣੇ ਅੱਜ ਤੱਕ ਕੋਈ ਨਹੀਂ ਟੁਕਿਆ, ਤੁਸੀਂ ਜਾਣਦਿਆਂ ਨਹੀਂ ਕਿ ਇਸ ਵਾਰ ਇਸਲਾਮ ਨੂੰ ਨਾ ਕਬੂਲਣ ਦਾ ਕੀ ਸਿੱਟਾ ਹੋਵੇਗਾ। ਸਿੰਘਣੀਆਂ ਨੇ ਅੱਗੋਂ ਜਵਾਬ ਦਿੱਤਾ, ਸਾਨੂੰ ਰੋਜ਼ ਨਾ ਪਿਆ ਅਕਾ ਸੂਬੇ, ਸਾਨੂੰ ਨਹੀਂ ਕਬੂਲ ਇਸਲਾਮ, ਭਾਵੇਂ ਤੂੰ ਮਾਰ ਮੁਕਾ ਸੂਬੇ। ਸਿੱਖ ਬੀਬੀਆਂ ਤੋਂ ਅਜਿਹੇ ਬੋਲ ਸੁਣ ਕੇ ਮੰਨੂ ਨੇ ਇਹਨਾਂ ਵੀਰ ਸਿੰਘਣੀਆਂ ਦੇ ਸਿਦਕ ਨੂੰ ਹੋਰ ਪਰਖਣ ਦਾ ਹੁਕਮ ਦਿੱਤਾ ਕਿ ਇਹਨਾਂ ਦੇ ਬੱਚਿਆਂ ਨੂੰ ਤਸੀਹੇ ਦਿੱਤੇ ਜਾਣ। ਬਸ ਫਿਰ ਕੀ ਸੀ, ਜਾਲਮਾਂ ਨੇ ਮਾਵਾਂ ਦੀਆਂ ਗੋਤੀਆਂ ਵਿੱਚੋਂ ਬਾਲ ਖੋਹ ਲਏ ਅਤੇ ਉਹਨਾਂ ਨੂੰ ਗੇਂਦ ਦੀ ਤਰ੍ਹਾਂ ਉੱਪਰ ਉਛਾਲ ਕੇ ਅਤੇ ਹੇਠਾਂ ਨੇਜਾ ਕਰ ਦੇਣਾ।
ਅਤੇ ਜ਼ਖਮੀ ਬੱਚਿਆਂ ਨੂੰ ਸਿੰਘਣਿਆਂ ਦੀ ਝੋਲੀਆਂ 'ਚ ਪਾ ਦੇਣਾ। ਪਰ ਭਾਣੇ ਦੀਆਂ ਸਰਕਾਰ ਸਿੰਘਣੀਆਂ ਸਿਦਕ 'ਤੇ ਕਾਇਮ ਰਹੀਆਂ ਤਾਂ ਸੂਬੇ ਦੇ ਕਲੇਜੇ ਵਿੱਚ ਕ੍ਰੋਧ ਦੇ ਭਾਂਬੜ ਬਲ ਉੱਠੇ। ਜੋ ਕੁਝ ਹੋਇਆ ਕਲਮ ਲਿਖ ਨਹੀਂ ਸਕਦੀ। ਬਾਲਾਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਪਾ ਦਿੱਤੇ ਗਏ। ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ। ਸ਼ਾਇਦ ਇਨਸਾਨ ਹੀ ਨਹੀਂ ਸਾਰੀ ਕਾਇਨਾਤ ਰੋਈ ਹੋਵੇ, ਪਰ ਨਾ ਰੋਇਆ ਤਾਂ ਸ਼ਹੀਦ ਬੱਚਿਆਂ ਦੀਆਂ ਮਾਵਾਂ ਨਾ ਰੋਈਆਂ। ਜਿਹੜੀ ਗੋਦ ਵਿੱਚ ਕਦੀ ਪਿਆਰ ਦੇ ਫੁੱਲ ਖਿੜਖਿੜ ਹੱਸਦੇ ਸੀ, ਉਹਨਾਂ ਗੋਦਿਆਂ ਵਿੱਚ ਲਾਡਲੀਆਂ ਲੋਥਾਂ ਪਈਆਂ ਸਨ। ਸਿਦਕਵਾਨ ਸਿਦਕ ਕਿੱਥੇ ਤੱਕ ਨਿਭਾ ਜਾਂਦੇ ਨੇ। ਧਰਮੀ ਮਾਵਾਂ ਤਾਂ ਨਾ ਡੋਲੀਆਂ, ਪਰ ਜ਼ਾਲਮ ਕੰਬ ਉੱਠਿਆ। ਸੂਬੇ ਨੇ ਕਿਹਾ, ਇਹਨਾਂ ਨੂੰ ਭੋਰੇ ਵਿੱਚ ਬੰਦ ਕਰ ਦਿਓ, ਫਿਰ ਇਨਸਾਫ ਕਰਾਂਗਾ। ਇਸ ਵੇਲੇ ਮੇਰੀ ਤਬੀਅਤ ਠੀਕ ਨਹੀਂ। ਸਿੰਘਾਂ ਨੇ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਸਰਕਾਰੀ ਅਹੁਦੇਦਾਰਾਂ 'ਤੇ ਹਮਲੇ ਤੇਜ਼ ਕਰ ਦਿੱਤੇ ਅਤੇ ਪੰਜਾਬ ਵਿੱਚ ਫਿਰ ਗੜਬੜ ਕਰਨ ਲੱਗ ਪਏ। ਸਿੰਘਾਂ ਦੀ ਖਬਰ ਪਾ ਕੇ ਮੀਰ ਮੰਨੂ ਨੇ ਮੁੱਲਾਪੁਰ ਜਾ ਡੇਰੇ ਲਾਏ ਅਤੇ ਉੱਥੇ ਹੀ ਘੋੜੇ ਦੀ ਰਕਾਬ ਵਿੱਚ ਪੈਰ ਫਸ ਜਾਣ ਕਾਰਨ ਬੁਰੀ ਤਰ੍ਹਾਂ ਮਾਰਿਆ ਗਿਆ। ਇੱਧਰ ਮੰਨੂ ਦੀ ਲੋਥ ਰੁੱਲ ਰਹੀ ਸੀ, ਉੱਧਰ ਸਿੰਘਾਂ ਨੇ ਕੈਦ ਖਾਨੇ ਨੂੰ ਸੰਨ ਲਾ ਕੇ ਸਿੰਘੜੀਆਂ ਨੂੰ ਆਜ਼ਾਦ ਕਰਾ ਲਿਆ ਅਤੇ ਉਹਨਾਂ ਨੂੰ ਘਰੋਂ ਘਰ ਪਹੁੰਚਾ ਦਿੱਤਾ। ਜਿਸ ਥਾਂ 'ਤੇ ਮੀਰ ਮੰਨੂ ਵੱਲੋਂ ਮਾਸੂਮ ਬੱਚੇ ਅਤੇ ਸਿੰਘੜੀਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਨੂੰ ਮਗਰੋਂ ਸ਼ਹੀਦ ਗੰਜ ਕਿਹਾ ਜਾਣ ਲੱਗ ਪਿਆ। ਇਹ ਸਥਾਨ ਅੱਜ ਕੱਲ੍ਹ ਲਾਹੌਰ, ਪਾਕਿਸਤਾਨ ਵਿੱਚ ਹੈ। ਕੁਝ ਕੁ ਸਤਰਾਂ ਆਪਾਂ ਪੜ੍ਹਦੇ ਹਾਂ। ਗਲ ਵਿੱਚ ਤੰਦੀ ਪਾ ਕੇ ਲੈਣਾ ਪੈਂਦਾ ਇਹ ਝੂਟਾ, ਮੰਨੂ ਹਾਰ ਗਿਆ ਛਾਂਗ ਛਾਂਗ ਸਿੱਖੀ ਦਾ ਬੂਟਾ। ਲੱਗਦੀਆਂ ਰਹੀਆਂ ਦੂਣ ਸਵਾਈਆਂ ਆਖਰ ਨੂੰ ਫਲੀਆਂ, ਇਸ ਜਗਤ ਤੋਂ ਦੂਰ ਸੁਣੀ ਦੀਆਂ ਖਾਲਸੇ ਦੀਆਂ ਗਲੀਆਂ, ਵਿੱਚ ਨੀਹਾਂ ਦੇ ਕੁੱਟ ਹੱਡਾਂ ਦਾ ਚੂਨਾ ਜਾਣੀ ਦਾ, ਕਰਨਾ ਪੈਂਦਾ ਲਪੇਨ ਉੱਤੇ ਮਿੱਝ ਦੀ ਕਹਾਣੀ ਦਾ, ਮਹਿਲ ਉਸਾਰਨੇ ਪੈਂਦੇ ਦੇ ਦੇ ਸੀਸ ਦੀਆਂ ਬਲੀਆਂ, ਇਸ ਜਗਤ ਤੋਂ ਦੂਰ ਸੁਣੀ ਦੀਆਂ ਖਾਲਸੇ ਦੀਆਂ ਗਲੀਆਂ, ਇਸ ਜਗਤ ਤੋਂ ਦੂਰ ਸੁਣੀ ਦੀਆਂ ਖਾਲਸੇ ਦੀਆਂ ਗਲੀਆਂ। ਇਸ ਤੋਂ ਬਾਅਦ ਅਸੀਂ ਇੱਕ ਹੋਰ ਸ਼ਹੀਦੀ ਬਾਰੇ ਗੱਲ ਕਰਦੇ ਹਾਂ, ਜੋ ਕਿ ਸਾਡੇ ਮਹਾਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਬਾਰੇ। ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮਪਲ ਸਨ। ਆਪ ਬੜੇ ਉੱਚੇ ਲੰਬੇ ਬਲਵਾਨ ਅਤੇ ਦਲੇਰ ਸੂਰਬੀਨ ਸਨ। ਆਪ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲ ਹਕੂਮਤ ਵਿਰੁੱਧ ਕੀਤੇ ਸੰਘਰਸ਼ ਵਿੱਚ ਆਪ ਨੇ ਭਰਪੂਰ ਸ਼ਮੂਲੀਅਤ ਕੀਤੀ। ਉਹ ਸ਼ਹੀਦਾਂ ਨੇ ਮਿਸਲ ਦੇ ਮੁਖੀ ਸਿੰਘਾਂ ਵਿੱਚ ਸਨ, ਜਿਸਦੇ ਆਪ ਸੂਰਬੀਰ ਅਤੇ ਨਿਰਭੈ ਯੋਧੇ ਸਨ। ਉੱਥੇ ਆਪ ਆਪਣੇ ਸਮੇਂ ਦੇ ਸਭ ਤੋਂ ਉੱਚੇ ਸਿੱਖ ਵਿਦਵਾਨਾਂ ਵਿੱਚੋਂ ਵੀ ਇੱਕ ਸਨ। ਆਪ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਰੱਖਦੇ ਸਨ। ਆਪ ਨੂੰ ਗੁਰਬਾਣੀ ਲਿਖਣ ਦਾ ਬਹੁਤ ਸ਼ੌਕ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਸ਼ਹਿਰ ਅੰਮ੍ਰਿਤਸਰ ਨੂੰ ਲੁੱਟਿਆ ਗਿਆ, ਸ਼੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਢਾਇਆ ਗਿਆ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰਿਆ ਗਿਆ ਸੀ। ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਇਸ ਬੇਅਦਬੀ ਦੀ ਖਬਰ ਸ਼੍ਰੀ ਦਮਦਮੇ ਸਾਹਿਬ ਪੁੱਜੀ ਤਾਂ ਇਹ ਖਬਰ ਸੁਣਦਿਆਂ ਹੀ ਬਾਬਾ ਜੀ ਦੇ ਮਨ ਨੂੰ ਤੀਰ ਜਿਹਾ ਬੱਚਾ। ਆਪ ਜੀ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਇਸ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਆਪ ਨੇ ਅਰਦਾਸਾਂ ਸੋਧਿਆ ਅਤੇ ਤੁਰ ਪਏ। 500 ਸਿੰਘਾਂ ਦਾ ਜਥਾ ਉਹਨਾਂ ਨਾਲ ਤਿਆਰ ਹੋਇਆ। ਰਾਹ ਵਿੱਚ ਬਹੁਤ ਸਾਰੇ ਸਿੰਘ ਆਪ ਦੇ ਨਾਲ ਰਲਦੇ ਗਏ। ਤਰਨ ਤਾਰਨ ਤਾਈਂ ਪੁੱਜਣ ਤੱਕ ਉਹਨਾਂ ਦੇ ਨਾਲ 5000 ਸਿੰਘਾਂ ਦਾ ਜਥਾ ਬਣ ਗਿਆ। ਉਦੋਂ ਲਾਹੌਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਗੋਲਵੜ ਨੇੜੇ ਨਾਕਾ ਲਾਇਆ ਹੋਇਆ ਸੀ। ਦੋਹਾਂ ਦਲਾਂ ਦਾ ਗੋਲਵੜ ਪਿੰਡ ਲਾਗੇ ਟਾਕਰਾ ਹੋਇਆ। ਸਿੰਘਾਂ ਨੇ ਸੂਰਬੀਰਤਾ ਦਿਖਾਈ ਕਿ ਜਹਾਨ ਖਾਨ ਮਾਰਿਆ ਗਿਆ ਅਤੇ ਸ਼ਾਹੀ ਫੌਜ ਵਿੱਚ ਭਾਜੜ ਪੈ ਗਈ। ਪਰ ਇੰਨੇ ਚਿਰ ਨੂੰ ਹਾਜੀ ਅਤਾਈ ਖਾਂ ਵੀ ਫੌਜ ਦੇ ਤੋਪਾਂ ਲੈ ਕੇ ਪਹੁੰਚ ਗਿਆ। ਫਿਰ ਬੜੇ ਘਮਸਾਨ ਦੀ ਲੜਾਈ ਹੋਈ। ਸਿੱਖ ਲੜਦੇ ਲੜਦੇ ਅਗਾਂਹ ਵੱਧਦੇ ਗਏ ਜਦੋਂ ਉਹ ਸ਼੍ਰੀ ਅੰਮ੍ਰਿਤ ਸਾਹਿਬ ਦੇ ਕੁਝ ਬਾਹਰ ਹੀ ਸਨ ਤਾਂ ਜਮਾਲ ਖਾਨ ਨਾਲ ਹੱਥੋਂ ਹੱਥ ਯੁੱਧ ਵਿੱਚ ਬਾਬਾ ਜੀ ਦਾ ਸੀਸ ਕੱਟਿਆ ਗਿਆ। ਉਹ ਡਿੱਗਣ ਹੀ ਲੱਗੇ ਸਨ ਕਿ ਪਾਸੋਂ ਇੱਕ ਸਿੰਘ ਨੇ ਪਿਆਰ ਨਾਲ ਕਿਹਾ, ਬਾਬਾ ਜੀ ਤੁਸੀਂ ਅਰਦਾਸਾ ਤਾਂ ਸੋਧਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਪੁੱਜ ਕੇ ਸ਼ਹੀਦ ਹੋਈਏ, ਪਰ ਆਪ ਉੱਥੇ ਹੀ ਫਤਿਹ ਗਜਾ ਚੱਲੇ ਹੋ। ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ਉੱਤੇ ਟਿਕਾ ਕੇ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਅਤੇ ਬੈਰੀਆਂ ਦੇ ਆਹੂ ਲਾਉਂਦਿਆਂ ਆਪਣਾ ਸੀਸ ਸ਼੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਭੇਟ ਕੀਤਾ। ਅਤੇ ਇਹ ਸੀ ਗੱਲ ਸਾਡੇ ਮਹਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ। ਅੱਗੇ ਹੋਰ ਵੀਡੀਓ ਵਿੱਚ ਆਪਾਂ ਦੂਜੇ ਹੋਰ ਸਿੱਖ ਸ਼ਹੀਦੀ ਬਾਰੇ ਗੱਲਾਂ ਕਰਾਂਗੇ, ਤਾਂ ਕਿ ਸਾਨੂੰ ਸਾਡੀ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਧਰਮ ਵਿੱਚ ਕਿੰਨੀਆਂ ਮਹਾਨ ਸ਼ਹੀਦੀਆਂ ਹਨ ਅਤੇ ਸਾਡਾ ਜਿਹੜਾ ਸਿੱਖ ਧਰਮ ਹੈ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।